ਇਹ ਕੁਰਬਾਨੀ ਦਾ ਗੋਸ਼ਤ ਖਾਣਾ ਵੀ ਸਵਾਬ ਹੈ। ਕਈ ਬੰਦੇ ਕਹਿੰਦੇ ਨੇ ਵੀ ਯਾਰ ਅਸੀਂ ਸਾਰਾ ਸਾਲ ਖਾਂਦੇ ਹਾਂ, ਹੁਣ ਕਈ ਬੰਦੇ ਇੰਜੀ ਨਾ ਇੰਜੀ ਤਕੱਬਰ ਦੇ ਨਾਲ ਹੀ ਸਾਰਾ ਬਣ ਛੱਡਦੇ, ਉਹ ਵੰਡੋ ਯਾਰ ਅਸੀਂ ਨਹੀਂ ਖਾਣਾ, ਅਸਾਂ ਨਹੀਂ ਰੱਖਣਾ। ਕਈ ਵੱਡਾ ਬਣ ਛੱਡਦੇ ਨੇ ਅਤੇ ਛੋਟਾ ਰੱਖ ਲੈਂਦੇ ਨੇ। ਮੈਂ ਤਾਂ ਤੁਹਾਡੇ ਸਾਹਮਣੇ ਹਰ ਚੀਜ਼ ਜਿਹੜੀ ਰੱਖ ਰਹੀ ਹਾਂ, ਵੀ ਵੱਡਾ ਬਣ ਛੱਡੋ ਅਤੇ ਛੋਟਾ ਜਿਹੜਾ ਰੱਖ ਲਵੋ, ਬੱਕਰੇ ਦਾ ਰੱਖ ਲਵੋ ਅਤੇ ਜਿਹੜਾ ਵੱਡਾ ਜਿਹੜਾ ਜਾਨਵਰ ਲਿਆ ਉਹਦਾ ਲੋਕਾਂ ਵਿੱਚ ਤਕਸੀਮ ਕਰ ਛੱਡੋ। ਅਗਰ ਤੂੰ ਇਹ ਵੀ ਡੰਡੀ ਮਾਰਨਾ ਪਏ ਤਾਂ ਰੱਬ ਇਹ ਵੀ ਤੈਨੂੰ ਵੇਂਦਾ ਪਏ। ਉਹ ਬੰਦਿਆਂ ਕੋਲੋਂ ਜੇ ਛੁਪਾ ਲਵੇਂਗਾ ਉਹ ਤਾਂ ਤੇਰੀ ਸ਼ਾਹ ਰੱਖ ਤੂੰ ਵੀ ਨੇੜੇ ਵੇ, ਉਹਦੇ ਕੋਲ ਕਿਵੇਂ ਛੁਪਾ ਸਕਣਾ? ਇਸ ਵਾਸਤੇ ਕੁਰਬਾਨੀ ਦਾ ਗੋਸ਼ਤ ਮਨਾ ਨਹੀਂ ਹੁੰਦਾ, ਕੁਰਬਾਨੀ ਦੇ ਗੋਸ਼ਤ ਵਿੱਚ ਸ਼ਿਫਾ ਹੈ। ਭਾਵੇਂ ਉਹ ਵੱਡਾ ਗੋਸ਼ਤ ਹੋਵੇ ਅਤੇ ਭਾਵੇਂ ਛੋਟਾ ਗੋਸ਼ਤ ਹੋਵੇ, ਕੁਰਬਾਨੀ ਦੇ ਹਜ਼ੂਰ ਨੇ ਫਰਮਾਇਆ ਕੁਰਬਾਨੀ ਦਾ ਗੋਸ਼ਤ ਖਾਓ, ਸਾਰਾ ਹੀ ਨਾ ਤਕਸੀਮ ਕਰ ਛੱਡੋ ਵੀ ਗਰੂਰ ਤਕੱਬਰ ਨਾਲ ਅਸਾਂ ਨਹੀਂ ਖਾਣਾ, ਖਾਇਆ ਕਰੋ। ਇਹਦੇ ਵਿੱਚ ਬਰਕਤ ਹੈ, ਇਹਦੇ ਵਿੱਚ ਸ਼ਿਫਾ ਹੈ। ਮੈਂ ਤੁਹਾਨੂੰ ਪਹਿਲਾਂ ਦੱਸਿਆ 63 ਊਂਠ ਹਜ਼ੂਰ ਨੇ ਜ਼ਿਬਾ ਕੀਤੇ ਸਨ ਅਤੇ ਹਰ ਊਂਠ ਵਿੱਚੋਂ ਥੋੜ੍ਹਾ ਥੋੜ੍ਹਾ ਖਾਧਾ ਸੀ। ਹਜ਼ੂਰ ਇੰਨਾ ਖਾਣਾ ਨਹੀਂ ਸਨ ਖਾਂਦੇ, ਤੁਸੀਂ ਇਸਲਾਮ ਪੜ੍ਹ ਕੇ ਵੇਖੋ, ਹਜ਼ੂਰ ਦੀ ਸੀਰਤ ਪੜ੍ਹ ਕੇ ਵੇਖੋ, ਹਜ਼ੂਰ ਇੰਨਾ ਖਾਣਾ ਤਨਾਵਲ ਨਹੀਂ ਸਨ ਫਰਮਾਉਂਦੇ। ਲੇਕਿਨ ਉਸ ਦਿਨ ਹਜ਼ੂਰ ਨੇ 63 ਊਂਠਾਂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਗੋਸ਼ਤ ਚਖਿਆ, ਕਿਉਂ? ਉਮਤ ਨੂੰ ਦੱਸਣ ਵਾਸਤੇ ਕਿ ਗੋਸ਼ਤ ਵਿੱਚ ਬਿਮਾਰੀ ਨਹੀਂ ਹੁੰਦੀ, ਕੁਰਬਾਨੀ ਦੇ ਗੋਸ਼ਤ ਵਿੱਚ ਅੱਲਾ ਨੇ ਸ਼ਿਫਾ ਰੱਖੀ ਹੋਈ ਹੈ। ਇਸ ਵਾਸਤੇ ਹਜ਼ਰਾਤ ਦੁਆ ਕਰਨੇ ਆ, ਅੱਲਾ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਇਹ ਬੜੇ ਜ਼ਰੂਰੀ ਮਸਲੇ ਸਨ, ਅੱਲਾ ਕਬੂਲ ਫਰਮਾਏ। ਆਮੀਨ ਵਮਾ ਅਲੈਯਾ ਇਲਲ ਵਲਾਗ।